ਅਜੀਤ ਵੈਬੀ ਟੀਵੀ ਦੀ ਟੀਮ ਵੱਲੋਂ ਆਪ ਜੀ ਦਾ ਸਵਾਗਤ ਹੈ। ਅਸੀਂ ਪਹੁੰਚੇ ਹਾਂ ਇਸ ਸਮੇਂ ਗਾਜੀਪੁਰ ਸਰਹੱਦ ਦੇ ਉੱਤੇ ਜਿੱਥੇ ਇਸ ਸਮੇਂ ਤੁਹਾਨੂੰ ਬਖਾੜ ਰਹੇ ਹਾਂ ਕਿ ਕਿਸਾਨਾਂ ਵੱਲੋਂ ਬੱਖੋ-ਵੱਖਰੇ ਯਤਨ ਕੀਤੇ ਜਾ ਰਹੇ ਨੇ। ਜਿੱਥੇ ਸਰਕਾਰ ਇਸ ਸਮੇਂ ਬਜ਼ਾਇਦ ਪਈ ਹੈ। ਖੇਤੀ ਕਾਨੂੰਨ ਰੱਦ ਨਹੀਂ ਕਰ ਰਹੀ ਔਰ ਉਸ ਦੇ ਪ੍ਰਧਾਨ ਮੰਤਰੀ ਲਾਭ ਗਿਣਾ ਰਿਹਾ ਔਰ ਕਿਸਾਨਾਂ ਨੂੰ ਇੱਥੋਂ ਧਰਨਾ ਅਠਾਉਣ ਦੇ ਜਿਹੜੇ ਸੁਝਾਅ ਦਿੱਤੇ ਜਾ ਰਹੇ ਨੇ ਦੂਸਰੇ ਪਾਸੇ ਕਿਸਾਨ ਇਸ ਗੱਲ ਦੇ ਉੱਤੇ ਬਜਾਇਦ ਹਨ ਔਰ ਉਹਨਾਂ ਦੀ ਮੰਗ ਹੈ ਕਿ ਤਿੰਨ ਜਿਹੜੇ ਖੇਤੀ ਕਾਨੂੰਨ ਹੈ ਉਹ ਕਿਸਾਨਾਂ ਦੀ ਮੌਤ ਦੇ ਬਰੰਟ ਬਣ ਚੁੱਕੇ ਨੇ ਔਰ ਇਹਨਾਂ ਨੂੰ ਰੱਦ ਕੀਤਾ ਜਾਵੇ ਐਮਐਸਪੀ ਦੇ ਉੱਤੇ ਕਾਨੂੰਨ ਬਣਾਇਆ ਜਾਵੇ ਕੱਲ ਟਕੈਤ ਜੀ ਨੇ ਵੀ ਇੱਥੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਸਾਨੂੰ ਪ੍ਰਧਾਨ ਮੰਤਰੀ ਦੇ ਸੁਝਾ ਮਨਜ਼ੂਰ ਨਹੀਂ ਹਨ ਕਿਸਾਨ ਉਹਨਾਂ ਚਿਰ ਇੱਥੋਂ ਨਹੀਂ ਉੱਠਣਗੇ ਜਿੰਨਾ ਚਿਰ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਕਿਸਾਨਾਂ ਵੱਲੋਂ ਨਵੇਕਲਾ ਯਤਨ ਤੁਹਾਨੂੰ ਦਿਖਾ ਰਹੇ ਆ ਕਿ ਜਿੱਥੇ ਇੱਕ ਪਾਸੇ ਸਰਹੱਦੇ ਉੱਤੇ ਵੱਡੀਆਂ-ਵੱਡੀਆਂ ਬਾੜਾਂ ਕੀਤੀਆਂ ਜਾ ਰਹੀਆਂ ਔਰ ਸਾਡੇ ਦਿੱਲੀ ਦੇ ਵਾਲੇ ਦੁਆਲੇ ਕਮੰਤਰੀ ਸਰਹੱਦ ਬਣਾਈ ਜਾ ਰਹੀ ਹੈ ਉੱਥੇ ਕਿਸਾਨਾਂ ਵੱਲੋਂ ਇੱਥੇ ਪਾਰਕ ਬਣਾਇਆ ਗਿਆ ਸਰਹੱਦ ਦੇ ਨਾਲ ਜੋ ਭਾਈਚਾਰਕ ਸਾਂਝ ਦਾ ਸੁਨੇਹਾ ਦੇ ਰਿਹਾ ਔਰ ਇਸ ਪਾਰਕ ਦੇ ਨਾਲ ਕਿਸਾਨਾਂ ਵੱਲੋਂ ਜਿੱਥੇ ਵੱਖ-ਵੱਖ ਤਰ੍ਹਾਂ ਦੇ ਫੁੱਲ ਲਗਾਏ ਹਨ ਉੱਥੇ ਗੰਨੇ ਲਗਾਏ ਹੋਏ ਹਨ ਜੋ ਕਿਸਾਨੀ ਦਾ ਸਬੂਤ ਹਨ ਨਾਲ ਹੀ ਇੱਥੇ ਵਾਲੇ ਦਿਵਾਲੇ ਦੀਪਮਾਲਾ ਕੀਤੀ ਹੋਈ ਹੈ ਤੇ ਨਾਲ ਹੀ ਕਿਸਾਨਾਂ ਦੇ ਝੰਡੇ ਲਈ ਨਿਸ਼ਾਨ ਲਗਾਇਆ ਹੋਇਆ ਔਰ ਇਸੇ ਤਰ੍ਹਾਂ ਵੱਖ-ਵੱਖ ਕਿਸਾਨ ਸਾਡੇ ਦਰਮਿਆਨ ਮੌਜੂਦ ਹਨ ਜਿਨ੍ਹਾਂ ਵੱਲੋਂ ਇਹ ਯਤਨ ਹਨ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਬਣਾਈ ਰੱਖੇ ਔਰ ਤੁਹਾਨੂੰ ਦਿਖਾ ਰਹੇ ਆ ਦੂਸਰੇ ਪਾਸੇ ਕਿਸ ਤਰ੍ਹਾਂ ਸਰਕਾਰ ਵੱਲੋਂ ਕੰਡਿਆਲੀਆਂ ਤਾਰਾਂ ਲਗਾਈਆਂ ਹੋਈਆਂ ਹਨ ਔਰ ਵੱਡੀ ਵੱਡੀ ਦੂਰ ਦੂਰ ਤੱਕ ਬੈਰੀਕੇਟਿੰਗ ਕੀਤੀ ਹੋਈ ਹੈ ਔਰ ਜਿਹੜੀ ਬੈਰੀਕੇਟਿੰਗ ਜਾਨਵਰਾਂ ਦੇ ਲਈ ਵੀ ਕੀਤੀ ਨਹੀਂ ਜਾ ਸਕਦੀ ਉਹਨਾਂ ਉਹੋ ਜਿਹੀ ਬੈਰੀਕੇਟਿੰਗ ਇਸ ਸਮੇਂ ਕਿਸਾਨਾਂ ਦੇ ਆਰ ਪਾਰ ਨੰਗਣ ਲਈ ਕੀਤੀ ਹੋਈ ਹੈ ਅਸੀਂ ਤੁਹਾਡੀ ਗੱਲਬਾਤ ਕਰਵਾਉਣ ਜਾਏ ਆ ਗੁਣਵਾਉਣ ਜਾ ਰਹੇ ਆ ਵੀਰ ਜੀ ਨਾਲ ਜਿਹੜੇ ਤੁਹਾਨੂੰ ਦੱਸਣਗੇ ਇਸ ਪਾਰਕ ਦੇ ਸਬੰਧ ਵਿੱਚ ਹਾਂਜੀ ਵੀਰ ਜੀ ਹਾਂਜੀ ਜਿਹੜਾ ਇਹ ਪਾਰਕ ਬਣਾਇਆ ਹੋਇਆ ਇਸ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੋ ਹਮਨ ਤੋਂ ਸ਼ਾਂਤੀਪੂਰਵਕ ਸਮਾਧਾਨ ਚਾਹੀਏ ਆਪਣੀ ਮੰਗ ਜੋ ਹਮ ਕਰ ਰਹੇ ਹੋ ਕਿਸਾਨੋ ਕੇ ਲਈ ਇਹਨਾਂ ਨੂੰ ਬੈਰੀਕੇਟਿੰਗ ਲਗਾ ਰੱਖ ਕੇ ਆਪ ਦੇਖ ਲੋ ਵਾਕੀਲ ਪੱਥਰ ਲਗਵਾ دیے ਹਮਨੇ ਹਮਨੇ ਆ ਫੁੱਲ ਲਗਾਏ ਮਾਰੇ ਚੌਧਰੀ ਸਾਹਿਬ ਨੂੰ ਕਹਣਾ ਭਾਈ ਤਮ ਘੰਟੇ ਲਗਾਓ ਹਮ ਫੁੱਲ ਲਗਾਉਂਗੇ ਹਮੋ ਤਾਂ ਸ਼ਾਂਤੀਪੂਰਵਕ ਆਪਣੀ ਬਤੋ ਕਾ ਸਮਾਧਾਨ ਚਾਹੀਏ ਅਮੀ ਆ ਲੜਨ ਜਗੜਨ ਨਹੀਂ ਆ ਰਹੇ ਇਸ ਚੀਜ਼ ਨੂੰ ਪ੍ਰਧਾਨ ਮੰਤਰੀ ਜੀ ਖੁਦ ਦੇਖੋ ਸੋਸ਼ਲ ਮੀਡੀਆ ਦੇ ਮਾਧਿਅਮ ਸੋ ਮੀਡੀਆ ਦੇ ਮਾਧਿਮ ਸੋ ਕਿਸਾਨ ਕਿਆ ਆਪਣੀ ਬਾਤ ਕਹਿ ਰਹੇ ਸਮਝ ਨਹੀਂ ਰਹੀ ਉਸ ਬਾਤ ਨੂੰ ਹੋਰ ਬੈਰੀਕੇਟਿੰਗ ਲਗਾ ਰਹੇ ਵਾ ਨਾ ਜਾਉ ਨੂਨਾ ਕੋ ਰੋ ਨੂਨਾ ਕਰੋ ਪਰ ਅਸੀਂ ਲੜਨ ਨਹੀਂ ਆ ਰਹੇ ਆ ਅਸੀਂ ਸਮਾਧਾਨ ਕਰਨ ਆ ਰਹੇ ਆਪਣੀ ਬਤੋਗਾ ਵੀਰ ਜੀ ਵੀਰ ਜੀ ਤਿੰਨੋਂ ਕਾਲੇ ਕਾਨੂੰਨ ਵਾਪਸ ਕਰਵਾਉਣ ਵਾਸਤੇ ਇੱਥੇ ਆਏ ਹਾਂ ਸਰਕਾਰ ਨੇ ਸਾਡੇ ਵਾਸਤੇ ਕੰਢੇ ਵਾਲੀ ਤਾਰ ਲਾਈ ਹੋਈ ਆ ਜਿਹੜੀ ਅਸੀਂ ਜਾਨਵਰਾਂ ਨੂੰ ਨਹੀਂ ਲਾ ਸਕਦੇ ਉਹ ਸਾਡੇ ਹਾਲਾਤ ਕੀਤੇ ਹੋਏ ਸਰਕਾਰ ਨੇ ਸਾਡਾ ਕਹਿਣ ਦਾ ਮਤਲਬ ਹੈ ਜਲਦੀ ਤੋਂ ਜਲਦੀ ਕਾਨੂੰਨ ਵਾਪਸ ਲੈ ਲੈਣ ਤਹੀਂ ਅਪਣੇ ਕਰਦੂ ਜਾ ਸਕੀਏ ਇਹਨਾਂ ਨੇ ਕਿਹਾ ਕਿ ਜਲਦੀ ਤੋਂ ਜਲਦੀ ਜਿਹੜੇ ਕਾਨੂੰਨ ਵਾਪਸੀ ਨਹੀਂ ਹੋਣਗੇ ਵਾਪਸ ਲੈ ਜਾਣ ਹਾਂਜੀ ਤੁਸੀਂ ਕੀ ਕਰੋਗੇ ਜਬ ਤੱਕ ਕਾਨੂੰਨ ਵਾਪਸੀ ਨਹੀਂ ਹੋਣਗੇ ਕਿਸਾਨ ਇੱਥੋਂ ਗੜ ਨਹੀਂ ਜਾਗਾ ਵੇ ਕੰਟੇ ਲਗਾਓ ਕੀਲ ਲਗਾਓ ਹਮ ਫੁੱਲ ਲਗਾਵਾਂਗੇ हम गन्ना बोवेंगे मेरे गन्ने का पेमेंट आज तक नहीं किसान हम बर्बाद हो लिया हम अपने बहुत के सब पाड़ेंगे हम ये तो बताओ मान्य मोदी जी हम कहाँ जाओ हाँ जी जब तक बिल वापसी नहीं घर वापसी नहीं हम यही है अस यही कह रहे हैं जी देखो सरकार ने किन्ने ओ कर रही है सानू ठाण भी बहुत प्रयास करेगा लेकिन अज सानू छिहत्तर दिन हो गए ਅਸੂਰੇ ਤੇ ਹਿੱਲੇ ਨਹੀਂ ਹੈ ਕਰਦੇ ਅਸੀਂ ਚਾਰ ਜਣੇ ਆਉਨੇ ਆ ਤੇ ਫਿਰ ਵਾਪਸੀ ਜਾਂਦੇ ਆ ਫਿਰ ਪਿੰਡ ਚੋਂ ਭੇਜਦੇ ਆ ਇਹਨਾਂ ਨੂੰ ਆਇਆ ਕਿ ਸਰਕਾਰਾਂ ਨੂੰ ਕਿ ਮਤਲਬ ਅਸੀਂ ਇਹਨਾਂ ਨੂੰ ਉਰੇ ਤੇ ਠਾ ਦਾਂਗੇ ਲੇਕਿਨ ਐਸਾ ਨਹੀਂ ਹੈ ਲੰਗਰ ਲੈ ਕੇ ਆਉਨੇ ਇੱਕ ਹਫਤੇ ਦਾ ਅਸੀਂ ਨੇ ਸਾਰੇ ਪਿੰਡਾਂ ਦਾ ਲੰਗਰ ਬੰਨਿਆ ਹੋਇਆ ਤੇ ਹਰ ਹਫਤੇ ਹਰੇਕ ਪਿੰਡ ਤੋਂ ਲੰਗਰ ਆਊਗਾ ਐਦਾਂ ਹੀ ਸੰਘਰਸ਼ ਚੱਲਦਾ ਰਹੂਗਾ ਲੇਕਿਨ ਅਸੀਂ ਚਾਹੁੰਦੇ ਆ ਕਿ ਮਤਲਬ ਸਾਡੀ ਮੰਗ ਜਿਹੜੀ ਹੈ ਕਾਨੂੰਨਾਂ ਦੀ ਇਹ ਸੁਣੀ ਜਾਵੇ ਤੇ ਬਾਕੀ ਆ ਦੇਖ ਲਓ ਤੁਸੀਂ ਇੱਥੇ ਅਸੀਂ ਨੇ ਫੁੱਲ ਲਾਏ ਵੇ ਆ ਟਕੇ ਸਾਹਮਣੇ ਲਵਾਏ ਤੇ ਇਹ ਸਾਰੀ ਕੰਡੇ ਵਾਲੀ ਤਾਰ ਵਛਾਈ ਵੇ ਕੀਲ ਵਛਾਈ ਵੇ ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਅਸੀਂ ਤਾਂ ਅਸੀਂ ਉਹ ਫੁੱਲ ਲਾ ਰਹੇ ਆ ਤੇ ਅਸੀਂ ਕੋਈ ਉਹ ਨਹੀਂ ਕਰਨਾ ਚਾਹੁੰਦੇ ਹਾਂ ਵੀ ਸਾਨੂੰ ਰਾਜੀ ਨਾਲ ਸਾਡਾ ਉਹ ਸੁਣਿਆ ਜਾਵੇ ਕਿ ਕਾਨੂੰਨ ਵਾਪਸੀ ਹੋਣੇ ਹਾਂਜੀ ਹਾਂਜੀ ਜਿਹੜੇ ਕਾਨੂੰਨ ਨੇ ਜੀ ਇਹ ਅਸੀਂ ਵਾਪਸੀ ਲੈਣਾ ਚਾਹੁੰਦੇ ਆ ਇਹਨਾਂ ਨੂੰ ਸਰਕਾਰ ਨੂੰ ਸਾਡੇ ਗੱਲ ਸੁਣਨੀ ਚਾਹੀਦੀ ਹੈ ਸਮਝਣੀ ਚਾਹੀਦੀ ਹੈ ਇਹਨਾਂ ਨੇ ਉਰੇ ਆਪਣੇ ਦੇਖ ਲਓ ਤੁਸੀਂ ਬੈਰੀਗੇਟ ਵਗੈਰਾ ਕੰਡੇ ਦੀ ਤਾਰ ਲਾਤੀ ਅਸੀਂ ਉੱਥੇ ਇਹ ਫੁੱਲ ਲਾ ਕੇ ਇਹਨਾਂ ਨੂੰ ਇਹ ਸੁਨੇਹਾ ਦੇ ਆਏ ਬਈ ਦੇਖੋ ਤੁਸੀਂ ਇਹ ਕੰਡੇ ਦੀ ਤਾਰ ਸਾਟ ਤੋਂ ਇੱਕ ਦਿੱਲੀ ਨੂੰ ਅਲੱਗ ਕਰ ਰਹੇ ਨੇ ਇਹ ਕੰਡੇ ਵਾਲੀ ਤਾਰ ਤੁਸੀਂ ਲਾ ਲਓ ਸਰਹੱਦ ਤੇ ਹੁੰਦੀ ਹੈ ਇਹਨਾਂ ਨੇ ਸਾਡੇ ਨਾਲ ਸਰਹੱਦ ਵਾਲਾ ਕੰਮ ਕੀਤਾ ਹੈ ਦਿੱਲੀ ਦੇ ਵਿੱਚ ਇਹਨਾਂ ਨੇ ਦਿੱਲੀ ਸਾਤੋਂ ਅਲੱਗ ਕਰੀ ਹੈ ਵੀ ਇਹ ਕਿਸਾਨ ਦਿੱਲੀ ਦੇ ਵਿੱਚ ਨਾ ਵੜਨ ਤੇ ਬਾਰ-ਬਾਰ ਸਾਡੇ ਉੱਪਰ ਜੁਰਮ ਕਰਦੇ ਨੇ ਵੀ ਇੱਥੋਂ ਚਲੇ ਜਾਣ ਪਰ ਦੇਖੋ ਅਸੀਂ ਇੱਥੋਂ ਨਹੀਂ ਜਾਵਾਂਗੇ ਜਦ ਤੱਕ ਇਹ ਬਿੱਲ ਵਾਪਸ ਨਹੀਂ ਹੋਣਗੇ ਅਸੀਂ ਆਪਣੇ ਅਮਰੋਹਾ ਜ਼ਿਲ੍ਹੇ ਤੋਂ ਆਏ ਆਂ ਤੇ ਇੱਥੇ ਲੰਗਰ ਦੀ ਸੇਵਾ ਚੱਲਦੀ ਹੈ ਹਰ ਹਫ਼ਤੇ ਅਸੀਂ ਲੰਗਰ ਦੀ ਸੇਵਾ ਇੱਥੇ ਲੈ ਕੇ ਆਉਂਦੇ ਹਾਂ ਤੇ ਸਾਡੇ ਜਲਦੀ ਤੋਂ ਜਲਦੀ ਇਹ ਸਰਕਾਰ ਨੂੰ ਸੁਣਨਾ ਚਾਹੀਦਾ ਕਿ ਇਹ ਬਿੱਲ ਸਾਡੇ ਵਾਪਸ ਕਰ ਲੈਣ ਸ਼ੁਕਰੀਆ ਜੀ ਆਂਦਾਤਾ ਜਿੰਦਾਬਾਦ ਕਿਨਾ ਨਿਉ ਨਿਉ ਜਿੰਦਾਬਾਦ ਕਿਨਾ ਨਿਉ ਨਿਉ ਜਿੰਦਾਬਾਦ ਮੈਂ ਗਾਜੀਪੁਰ ਸਰਹੱਦ ਤੋਂ ਜਸਵੀਰ ਸਿੰਘ ਨੂਰਪੁਰ ਮੇਰੇ ਨਾਲ ਧਰਮਵੀਰ ਪਾਲ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮachar ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਪੀਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ